ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ 'ਚ 12,747 ਨਵੀਆਂ ਭਰਤੀਆਂ ਨੂੰ ਹਰੀ ਝੰਡੀ 16,000 ਕਾਂਸਟੇਬਲਸ ਨੂੰ ਤਰੱਕੀ ਦੇ ਕੇ ਬਣਾਇਆ ਜਾਵੇਗਾ ਹੈੱਡ ਕਾਂਸਟੇਬਲ ਨਿੱਜੀ ਸਕੂਲਾਂ ਤੇ ਨਜ਼ਰ ਰੱਖਣ ਲਈ ਰੈਗੂਲੇਟਰੀ ਅਥਾਰਟੀ ਬਣਾਏ ਜਾਣ ਦਾ ਵੀ ਐਲਾਨ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਦੇ ਵਿੱਚ ਲਏ ਗਏ ਅਹਿਮ ਫੈਸਲੇ ਅਕਾਲੀ ਦਲ ਨਾਲ ਰਿਸ਼ਤਿਆਂ ਤੇ ਨਵਜੋਤ ਕੌਰ ਸਿੱਧੂ ਦਾ ਬਿਆਨ ਕਿਹਾ ਸਭ ਜਾਣਦੇ ਨੇ ਸਿੱਧੂ ਪਰਿਵਾਰ ਦੇ ਅਕਾਲੀਆਂ ਨਾਲ ਰਿਸ਼ਤੇ ਕਿਹੋ ਜਿਹੇ ਰਾਜ ਸਭਾ ਲਈ ਚੋਣ ਸਿੱਧੂ ਨੂੰ ਭੇਜਿਆ ਗਿਆ ਪੰਜਾਬ ਤੋਂ ਬਾਹਰ ਅਕਾਲੀ ਦਲ ਲਈ ਪ੍ਰਚਾਰ ਨਹੀਂ ਕਰਨਗੇ ਸਿੱਧੂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੋਕਣ ਲਈ ਕੇਂਦਰ ਨੂੰ ਛੇਤੀ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦੀ ਕੀਤੀ ਮੰਗ ਕਿਹਾ ਸਵਾਮੀਨਾਥਨ ਰਿਪੋਰਟ ਹੀ ਕਿਸਾਨੀ ਦੀ ਮੁਸ਼ਕਿਲ ਦਾ ਅਸਲ ਹੱਲ ਮੋਹਾਲੀ 'ਚ ਕਿਸਾਨ ਚੈਂਬਰ ਦਾ ਉਦਘਾਟਨ ਕਰਨ ਪਹੁੰਚੇ ਸਨ ਮੁੱਖ ਮੰਤਰੀ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਰੱਕੀ ਪਾਉਣ ਵਾਲੇ ਪੁਲਿਸ ਮੁਲਾਜ਼ਮਾਂ ਤੋਂ ਮੰਗੇ ਤਿੰਨ ਅਹਿਦ ਕਿਹਾ ਪਹਿਲਾਂ ਕਿਸੇ ਤੇ ਵੀ ਝੂਠਾ ਮੁਕਦਮਾ ਦਾਇਰ ਨਾ ਕੀਤਾ ਜਾਵੇ ਦੂਜਾ ਪੰਜਾਬ ਵਿੱਚ ਨਸ਼ਾ ਖਤਮ ਹੋਵੇਗਾ ਤੀਜਾ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋਵੇ ਨਾਗਰਿਕ ਹਵਾਵਾਸੀ ਮੰਤਰੀ ਅਸ਼ੋਕ ਗਜਪਤੀ ਰਾਜੂ ਅੰਮ੍ਰਿਤਸਰ ਦਰਬਾਰ ਸਾਹਿਬ 'ਚ ਹੋਏ ਨਤਮਸਤਕ ਕਿਹਾ ਮੋਹਾਲੀ ਤੋਂ ਟ੍ਰੈਫਿਕ ਵਧਣ ਦੇ ਨਾਲ ਹੀ ਸ਼ੁਰੂ ਕੀਤੀਆਂ ਜਾਣਗੀਆਂ ਕੌਮਾਂਤਰੀ ਉਡਾਨਾਂ ਬਠਿੰਡਾ ਸਣੇ ਦੇਸ਼ ਦੇ 32 ਏਅਰਪੋਰਟਸ ਨੂੰ ਘਾਟੇ ਤੋਂ ਬਾਹਰ ਕੱਢਣ ਦਾ ਦਿੱਤਾ ਭਰੋਸਾ ਅੰਮ੍ਰਿਤਸਰ ਦੇ ਵਿੱਚ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਲੋਕਾਂ ਨੂੰ ਠੱਗਣ ਵਾਲੀ ਗਿਰੋਹ ਦਾ ਕੀਤਾ ਪਰਦਾਫਾਸ਼ ਗਿਰੋਹ ਦੇ 2 ਮੈਂਬਰ ਗ੍ਰਿਫਤਾਰ 157 ਪਾਸਪੋਰਟ ਕੀਤੇ ਬਰਾਮਦ ਪਠਾਨਕੋਟ 'ਚ ਇੱਕ 10ਵੀਂ ਦੇ ਵਿਦਿਆਰਥੀ ਨੂੰ ਸੈਲਫੀ ਲੈਣਾ ਪਿਆ ਭਾਰੀ ਪਿਤਾ ਦੀ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਮਾਰ ਬੈਠਾ ਗੋਲੀ ਸਿਰ ਵਿੱਚ ਵੱਜੀ ਗੋਲੀ ਹਾਲਤ ਗੰਭੀਰ ਕੀਤਾ ਗਿਆ ਲੁਧਿਆਣਾ ਰੈਫਰ ਪਾਣੀ ਦੀ ਬਰਬਾਦੀ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਦਾ ਅਸਰ ਆ ਰਿਹਾ ਨਜ਼ਰ ਬਠਿੰਡਾ 'ਚ ਨਗਰ ਨਿਗਮ ਨੇ ਵਧਾਈ ਚੌਕਸੀ ਪਾਣੀ ਦੀ ਪਹਿਲੀ ਵਾਰ ਬਰਬਾਦੀ ਤੇ 1,000 ਦੂਜੀ ਵਾਰ 2,000 ਤੇ ਤੀਜੀ ਵਾਰ ਉਲੰਘਣਾ ਕਰਨ ਤੇ 5,000 ਜੁਰਮਾਨੇ ਤੇ ਕਨੈਕਸ਼ਨ ਕੱਟਣ ਦੀ ਹੈ ਤਜਵੀਜ਼ ਆਪਣੀ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਚੰਡੀਗੜ੍ਹ ਪਹੁੰਚੀ ਸਨੀ ਲਿਓਨੀ ਨੇ ਪੰਜਾਬੀ ਫਿਲਮਾਂ 'ਚ ਕੰਮ ਕਰਨ ਦੀ ਜਤਾਈ ਇੱਛਾ ਪਿਤਾ ਪੜ੍ਹੇ ਸਨ ਚੰਡੀਗੜ੍ਹ ਇਸ ਲਈ ਚੰਡੀਗੜ੍ਹ ਪਹੁੰਚ ਆਈ ਪਰਿਵਾਰ ਦੀ ਯਾਦ